ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਵਿਸ਼ਵ ਪੰਜਾਬ, ਮੈਂ ਜਿੰਨੀ ਮਰ ਜਾਣੀ ਅਤੇ ਦੋਸਤੋ ਲੈ ਕੇ ਹਾਜ਼ਰ ਹੋ ਗਈ ਹਾਂ ਇੱਕ ਵਾਰ ਫਿਰ ਫੂਡ ਮਸਤੀ ਸ਼ੋ 'ਤੇ। ਫੂਡ ਮਸਤੀ ਸ਼ੋ ਦੇ ਵਿੱਚ ਤੁਹਾਡੇ ਨਾਲ ਅਸੀਂ ਵੱਖਰੇ ਵੱਖਰੇ ਫੂਡਸ ਦੀ ਹੈਗੀ ਆ ਕਰੀ ਦੀ ਆ ਸ਼ੇਅਰ। ਅੱਜ ਜਿਹੜਾ ਫੂਡ ਤੁਹਾਡੇ ਨਾਲ ਸ਼ੇਅਰ ਕਰਨ ਚੱਲੇ ਹਾਂ, ਪੂਰੀਆਂ ਛੋਲੇ। ਆਪਾਂ ਜੇ ਕਰੀਏ ਗੱਲ ਕਰੀਏ ਪੂਰੀਆਂ ਦੀਆਂ, ਤਾਂ ਪੂਰੀਆਂ ਕਿਹਨੂੰ ਨਹੀਂ ਪਸੰਦ ਹੈਗੀਆਂ। ਅਤੇ ਸਵੇਰ ਨੂੰ ਸਪੈਸ਼ਲੀ ਜੇ ਬ੍ਰੈਕਫਾਸਟ ਦੀ ਗੱਲ ਕਰੀਏ, ਪੂਰੀਆਂ ਛੋਲੇ ਮਿਲਣ, ਭਾਵੇਂ ਉਹ ਆਪਾਂ ਲੰਚ ਟਾਈਮ ਵੀ ਖਾ ਸਕਦੇ ਹਾਂ। ਅਤੇ ਕਰਦੇ ਹਾਂ ਤੁਹਾਡੇ ਨਾਲ ਆਪਾਂ ਦੋਸਤੋ ਸ਼ੇਅਰ। ਪਿੱਛੇ ਮੇਰੇ ਜਿਹੜੀ ਆ ਰੈਸਪੀ ਜਿਹੜੀ ਬਣ ਰਹੀ ਆ, ਪੂਰੀਆਂ ਬਣ ਰਹੀਆਂ ਆ, ਅਤੇ ਦਿਖਾਲਦੇ ਹਾਂ ਤੁਹਾਨੂੰ ਪੂਰੀਆਂ ਜਿਹੜੀਆਂ ਫੁੱਲ ਫੁੱਲ ਕੇ ਆਉਂਦੀਆਂ ਕਿੱਦਾਂ ਆ। ਅਤੇ ਲਓ ਜੀ, ਇੱਧਰ ਚੱਲੀ ਆ ਵਿੱਚ, ਚੱਲ ਗਈ ਪੂਰੀ ਵਿੱਚ, ਅਤੇ ਹੁਣ ਦੇਖਿਓ ਕਿੱਦਾਂ ਫੁੱਲਦੀ ਆ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਇੱਕ ਆਪਣਾ ਹੀ ਸਟਾਈਲ ਹੁੰਦਾ ਆ। ਦੇਖੋ ਜੀ, ਤੇਲ ਦੇ ਵਿੱਚ ਨਹਾ ਰਹੀ ਆ ਪੂਰੀ, ਅਤੇ ਫੁੱਲ ਰਹੀ ਆ ਪ੍ਰੋਪਰ। ਮੈਨੂੰ ਲੱਗਦਾ ਥੋੜ੍ਹੀ ਇੱਕ ਨਜ਼ਰ ਲੱਗ ਗਈ ਆ ਸਾਡੀ ਇਹਦੇ ਉੱਤੇ। ਅਤੇ ਦੋਸਤੋ ਦਿਖਾਲਦੇ ਆ ਕਿ ਪੂਰੀਆਂ ਨੂੰ ਜਿੱਦਾਂ ਇੱਧਰਲੇ ਪਾਸੇ ਆ ਪੇੜੇ ਬਣਾ ਕੇ ਰੱਖੇ ਹੋਏ ਆ, ਇਹਦੇ ਵਿੱਚ ਪੁੱਛਾਂਗੇ ਵੀ ਕੀ ਇਹਨਾਂ ਨਾਲ ਪਾਇਆ ਹੋਇਆ ਆ। ਅਤੇ ਨਾਲ ਦੀ ਨਾਲ ਨੈਕਸਟ ਜਿਹੜੀ ਪੂਰੀ ਆ, ਦੇਖੀਏ ਹੁਣ ਕਿੰਨੀ ਕੁ ਫੁੱਲ ਕੇ ਆਉਂਦੀ ਆ, ਕਿਉਂਕਿ ਕਈ ਵਾਰ ਆਪਣੇ ਘਰ ਵੀ ਇੱਦਾਂ ਹੀ ਹੋ ਜਾਂਦਾ ਆ ਕਿ ਚੀਜ਼ ਆਪਾਂ ਬਣਾਉਂਦੇ ਹਾਂ ਅਤੇ ਨਹੀਂ ਹੁੰਦੀ। ਅਤੇ ਹੁਣ ਦੇਖਦੇ ਹਾਂ ਹੱਥ ਦੇ ਨਾਲ ਇਹ ਇਹਨੂੰ ਥੱਪਦੇ ਹੈਗੇ ਆ, ਨਾ ਕਿ ਵੇਲਣੇ ਦੇ ਨਾਲ। ਦੇਖੋ ਜੀ, ਗਈ ਵਿੱਚ ਫਿਰ ਵੱਖਰਾ ਤਰੀਕਾ ਹੈਗਾ ਆ, ਇੱਕ ਪਾਸਿਓਂ ਕਰਕੇ ਦੱਬ ਕੇ ਅਤੇ ਦੂਸਰੇ ਪਾਸੇ ਉੱਪਰ ਪਾਉਂਦੇ ਆ ਤੇਲ। ਲਓ ਜੀ, ਫੁੱਲ ਗਈ ਆ। ਅਤੇ ਆਹ ਹੈਗੀ ਆ ਪੂਰੀ, ਜਿੱਦਾਂ ਪੂਰੀ ਜਿਹੜੀ ਆਪਾਂ ਕਹਿ ਲਈਏ ਫੁੱਲ ਕੇ ਆਈ ਹੋਈ ਪੂਰੀ। ਅਤੇ ਨਾਲ ਦੀ ਨਾਲ ਇਹਨਾਂ ਪੁੱਛਾਂਗੇ ਵੀ ਹੋਰ ਕੀ ਇਹ ਬਣਾਉਂਦੇ ਆ, ਕਿਉਂਕਿ ਮੈਨੂੰ ਲੱਗਦਾ ਜਿੱਥੇ ਤਿੱਕਰ ਪਰੌਂਠੇ ਵੀ ਬਣਾਉਂਦੇ ਆ। ਹਾਂਜੀ, ਨਮਸਕਾਰ ਜੀ। ਹਾਂਜੀ, ਆਪ ਪੂਰੀ ਬਣਾ ਰਹੇ ਹੋ? ਹਾਂ ਜੀ। ਪੂਰੀ ਕੇ ਸਵਾਏ ਔਰ ਕਿਆ ਬਣਦਾ ਹੈ ਯਹਾਂ ਪੇ? ਛੋਲੇ ਭਟੂਰੇ ਵੀ ਹੈ, ਪਰਾਂਠੇ ਵੀ ਹੈ, ਰਾਤਾ ਵੀ ਹੈ। ਤਾਂ ਸਭਸੇ ਜ਼ਿਆਦਾ ਲੋਕ ਕਿਆ ਪਸੰਦ ਕਰਤੇ ਹੈ ਯਹਾਂ ਪੇ? ਭਟੂਰੇ। ਭਟੂਰੇ? ਹਾਂ ਜੀ। ਤਾਂ ਇਹ ਪੂਰੀ ਹੈ? ਭਟੂਰੇ ਹੈ ਜੀ। ਇਹ ਭਟੂਰੇ ਹੈ? ਅੱਛਾ ਦੋਸਤੋ, ਇਹ ਭਟੂਰੇ ਆ, ਮੈਂ ਕਹਿੰਦੀ ਸੀ ਪੂਰੀ ਆ, ਬਟ ਇਹ ਭਟੂਰੇ ਆ, ਕਿਉਂਕਿ ਆਪਾਂ ਵੀ ਕੋਈ ਐਕਸਪਰਟ ਨਹੀਂ ਹੈਗੇ, ਤਾਂ ਹੀ ਤਾਂ ਤੁਹਾਨੂੰ ਇਹ ਦਿਖਾਲਣ ਆਏ ਹੋਏ ਹਾਂ। ਕਿੰਨਾ ਫੁੱਲ ਕੇ ਆਇਆ ਹੋਇਆ ਅਤੇ ਇਹ ਭਟੂਰੇ ਆ, ਅਤੇ ਤੁਹਾਡੇ ਕਿੰਨੇ ਕੁ ਲੱਗਦੇ ਆ ਭਟੂਰੇ? 30 ਰੁਪਏ। 30 ਰੁਪਏ ਕਾ ਇੱਕ? ਇੱਕ ਦੋ ਥਾਲੀ ਮੇ 30 ਰੁਪਏ ਕੇ ਦੋ? ਸਾਥ ਮੇ ਕਿਆ ਚਨੇ ਮਿਲਤੇ ਹੈ? ਹਾਂ ਜੀ, ਚਨੇ। ਅਤੇ ਦੋਸਤੋ ਦੋ ਭਟੂਰੇ ਇੱਦਾਂ ਦੇ ਜਿਹੜੇ ਹੈਗੇ 30 ਰੁਪਏ ਦੇ ਮਿਲਦੇ, ਮੈਨੂੰ ਲੱਗਦਾ ਕਿ ਦੋ ਖਾ ਕੇ ਹੀ ਤੁਹਾਡਾ ਢਿੱਡ ਜਿਹੜਾ ਹੈਗਾ ਭਰ ਹੀ ਜਾਊਗਾ। ਅਤੇ ਪਰੌਂਠੇ ਕਿਤਨੇ ਕੇ ਹੈ? 30 ਕੇ ਦੋ। ਕਿਤਨਾ? 30 ਕੇ ਦੋ ਥਾਲੀ ਮੇ। ਵੋ ਵੀ 30 ਕੇ ਦੋ ਹੈ, ਅਤੇ ਉਸਮੇ ਸਾਥ ਮੇ ਕਿਆ ਦੇਤੇ ਹੋ? ਮਟਰ ਪਨੀਰ। ਦੋਸਤੋ ਇਹਨਾਂ ਤੋਂ ਪੁੱਛਦੇ ਹਾਂ ਵੀ ਕਿਹੜੀ ਕਿਹੜੀ ਡਿਸ਼ਿਜ਼ ਹੈਗੀਆਂ ਆ, ਅਤੇ ਕਿਹੜੀ ਕੀ ਉਹਨਾਂ ਦੇ ਨਾਲ ਕੀ ਮਿਲਦਾ, ਕਿਉਂਕਿ ਬਿਜ਼ੀ ਟਾਈਮ ਹੈ ਇਹਨਾਂ ਦਾ ਵੀ। ਅਤੇ ਇਸ ਟਾਈਮ ਜਿਹੜੇ ਕਹਿੰਦੇ ਪਰੌਂਠੇ ਜਿਹੜੇ ਹੈਗੇ ਆ ਦੋ, ਅਤੇ ਨਾਲ ਮਟਰ ਪਨੀਰ, ਅਤੇ ਭਟੂਰੇ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਛੋਲੇ ਮਿਲਦੇ ਆ, ਉਹ ਵੀ ਦੋ। 30 ਰੁਪਈਏ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਕੋਈ ਮਹਿੰਗਾ ਪਊਗਾ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਇਹਨਾਂ ਦੀ ਜਿੱਦਾਂ ਪ੍ਰਾਈਸ ਵੀ ਰੱਖੀ ਹੋਈ ਆ, ਪੈਕ ਹੋ ਕੇ ਵੀ ਜਾ ਰਹੇ ਆ। ਅਤੇ ਨਾਲ ਦੀ ਨਾਲ ਇੱਥੇ ਲੋਕ ਜਿਹੜੇ ਹੈਗੇ ਆ ਛੋਟਾ ਜਿਹਾ ਟੇਬਲ ਰੱਖਿਆ, ਜਿੱਦਾਂ ਸਾਡੇ ਪਿੱਛੇ ਸਾਡੇ ਵੀਰ ਜੀ ਖਾ ਵੀ ਰਹੇ ਆ, ਪਰੌਂਠੇ ਛੱਕ ਰਹੇ ਆ। ਬਹੁਤ ਵਧੀਆ ਤਰੀਕਾ ਹੈ। ਜੇਕਰ ਜੇ ਦੋਸਤੋ ਆਪਾਂ ਲੋਕਡਾਊਨ ਦੇ ਵਿੱਚ ਘਰਾਂ ਦੇ ਵਿੱਚ ਬੈਠ ਬੈਠ ਕੇ ਹੁਣ ਫੈਡਅਪ ਹੋ ਗਏ ਆ ਘਰ ਦੀਆਂ ਰੋਟੀਆਂ ਖਾ ਕੇ, ਅਤੇ ਜੇਕਰ ਬਾਹਰ ਨਿਕਲਣਾ ਆ ਇੱਦਾਂ ਦੀਆਂ ਰੇਹੜੀਆਂ ਜਿਹੜੀਆਂ ਫੂਡ ਦੀਆਂ ਹੈਗੀਆਂ, ਨਾਲੇ ਤਾਂ ਇਹਨਾਂ ਨੂੰ ਬਿਜ਼ਨਸ ਮਿਲਦਾ, ਅਤੇ ਨਾਲੇ ਤੁਹਾਡਾ ਜਿਹੜਾ ਸ਼ੌਕ ਪੂਰਾ ਹੋ ਜਾਂਦਾ ਬਾਹਰ ਨਿਕਲੋ। ਸਪੈਸ਼ਲੀ ਹੁਣ ਸੰਡੇ ਦੀ ਲੋਕਡਾਊਨ ਵੀ ਜਿਹੜੀ ਹੈਗੀ ਆ ਉਹ ਖੁੱਲ੍ਹਣੀ ਸ਼ੁਰੂ ਹੋ ਗਈ ਆ, ਚੰਡੀਗੜ੍ਹ ਦੇ ਵਿੱਚ ਤਾਂ ਖੁੱਲ੍ਹ ਚੁੱਕਾ ਆ। ਨਿਕਲੋ ਘਰਾਂ 'ਚੋਂ ਬਾਹਰ, ਅਤੇ ਇਹਨਾਂ ਦੀ ਵੀ ਵਿਕਰੀ ਕਰੋ, ਅਤੇ ਖੁਦ ਵੀ ਆਪ ਫੂਡ ਮਸਤੀ ਕਰੋ। ਲੈ ਕੇ ਹਾਜ਼ਰ ਹੈਗੀਆਂ ਦੋਸਤੋ ਸੰਡੇ ਫੂਡ ਮਸਤੀ, ਅਤੇ ਮਸਤੀ ਕਰਨ ਤਾਂ ਅਸੀਂ ਆਏ ਹੋਏ ਹਾਂ। ਇਹ ਹੁਣ ਹੈਗਾ ਕਿ ਆਪਾਂ ਖਾ ਕੇ ਦੇਖਾਂਗੇ, ਇੱਕ ਪਰੌਂਠਾ ਵੀ ਖਾਵਾਂਗੇ, ਅਤੇ ਨਾਲ ਦੀ ਨਾਲ ਇਹਨਾਂ ਦੇ ਜਿਹੜੇ ਭਟੂਰੇ ਹੈਗੇ ਆ ਉਹ ਵੀ ਦੇਖਾਂਗੇ। ਆ ਪੈਕ ਹੋ ਕੇ ਦੋਸਤੋ ਚੱਲੇ ਆ ਬਾਹਰ ਨੂੰ, ਅਤੇ ਲੋਕ ਜਿਹੜੇ ਇੱਥੋਂ ਪੈਕ ਕਰਵਾ ਕੇ ਸਪੈਸ਼ਲੀ ਜਿੱਦਾਂ ਆਪਣੇ ਆਫਿਸ ਵਿੱਚ ਜਾਂ ਦੁਕਾਨਾਂ ਲਾਗੇ ਇੱਥੇ ਬਹੁਤ ਹੈਗੀਆਂ, ਅਤੇ ਇਹ ਫੂਡ ਜਿਹੜਾ ਹੈਗਾ ਪੈਕ ਕਰਕੇ ਵੀ ਲੋਕ ਜਿਹੜੇ ਇੱਥੋਂ ਲੈ ਕੇ ਜਾਂਦੇ ਆ ਸਪੈਸ਼ਲ ਔਡਰਸ ਜਿਹੜੇ ਆ ਉਹਨਾਂ ਦੇ ਥਰੂ।
ਪਤਾ ਚਲੀਏ ਇਹ ਜਿਹੜਾ ਰੇੜੀ ਆ ਪਟਿਆਲਾ ਚੌਕ ਦੀਆਂ ਜਿਹੜੀਆਂ ਲਾਈਟਾਂ ਆ ਜੇ ਆਪਾਂ ਚੰਡੀਗੜ੍ਹ ਵੱਲੋਂ ਆਉਂਦੇ ਹਾਂ ਤਾਂ ਇਹ ਲੈਫਟ ਹੈਂਡ ਸਾਈਡ ਤੇ ਉੱਤੇ ਹੈਗਾ ਆ ਪ੍ਰੀਤ ਕਲੋਨੀ ਦੇ ਵਿੱਚ ਪੈਂਦਾ ਆ ਅੰਬਾਲਾ ਰੋਡ ਜਿਹੜੀ ਆ ਉਹਦੇ ਉੱਪਰ ਇਹਦੀ ਰੇੜੀ ਹੈਗੀ ਆ ਇੱਕ ਵਾਰ ਫਿਰ ਦੱਸਦੀ ਚੱਲਾਂ ਪਟਿਆਲੇ ਰੋਡ ਦੀਆਂ ਜਿਹੜੀਆਂ ਲਾਈਟਾਂ ਆ ਤੇ ਅੰਬਾਲੇ ਨੂੰ ਜਾਂਦੇ ਰਾਹ ਦੇ ਵਿੱਚ ਨਾਲ ਹੀ ਲਾਈਟਾਂ ਦੇ ਖੱਬੇ ਪਾਸੇ ਇਹਨਾਂ ਦੀ ਰੇੜੀ ਹੈਗੀ ਆ ਤੇ ਅੱਜ ਉਹ ਨਾਲ ਬੌਬੀ ਮੀਟ ਸ਼ਾਪ ਵੀ ਆ ਉਹਦੇ ਨਾਲ ਤੋਂ ਇਹਦੀ ਕੋਰਨਰ ਦੇ ਉੱਤੇ ਰੇੜੀ ਲੱਗੀ ਹੁੰਦੀ ਆ ਸਵੇਰ ਤੋਂ ਜਿਹੜੀ ਅਰਲੀ ਤੋਂ ਲੱਗ ਜਾਂਦੀ ਆ ਤਾਂ ਜਲਦੀ ਰਹਿੰਦੀ ਆ ਤੇ ਆਵੋ ਤੁਸੀਂ ਵੀ ਕਰੋ ਹੋਰ ਮਸਤ ਦੋਸਤੋ ਇਹ ਆ ਗਏ ਆ ਮਟਰ ਪਨੀਰ ਤੇ ਛੋਲੇ ਭਟੂਰੇ ਇਹ ਵੀ ਖਾ ਕੇ ਦਿਖਾਉਂਦੇ ਹਾਂ ਸਾਨੂੰ ਕਿੱਦਾਂ ਦੇ ਆ ਕਿਉਂਕਿ ਬਾਹਰ ਥੋੜ੍ਹੀ ਜਿਹੀ ਗਰਮੀ ਹੋ ਗਈ ਆ ਅਤੇ ਇਸ ਕਰਕੇ ਹੁਣ ਅੰਦਰ ਬੈਠ ਕੇ ਅਸੀਂ ਲੈਂਦੇ ਹਾਂ ਨਜ਼ਾਰੇ ਲਓ ਜੀ ਲੱਗੀ ਆ ਬਿਊਟੀਫੁਲ ਦੋਸਤੋ ਪਹਿਲਾਂ ਮੈਂ ਦਿਖਾ ਲਈ ਤੁਹਾਨੂੰ ਮਿਰਚੀ ਜਿਹੜੀ ਹੈਗੀ ਅਚਾਰ ਇਹਨਾਂ ਦਾ ਫਰਾਈ ਕੀਤਾ ਬਿਲਕੁਲ ਕੌੜੀ ਨਹੀਂ ਹੈਗੀ ਆਹ ਲਓ ਜਲ ਗਈ ਮਿਰਚੀ ਵੀ ਅੰਦਰ ਬਹੁਤ ਹੀ ਵਧੀਆ ਹੈਗਾ ਅਤੇ ਜੇ ਪਨੀਰ ਦਿਖਾ ਲਈਏ ਤੁਹਾਨੂੰ ਪਨੀਰ ਦੇ ਵੀ ਬਹੁਤ ਛੋਟੇ ਛੋਟੇ ਟੁਕੜੇ ਕੀਤੇ ਆ ਆਹ ਦੇਖੋ ਖਾਣ ਵਾਸਤੇ ਵੀ ਬਹੁਤ ਈਜ਼ੀ ਆ ਜੇ ਆਪਾਂ ਸਪੂਨ ਦੇ ਉੱਤੇ ਵੀ ਇਹ ਖਾਣੇ ਆ ਤਾਂ ਬਹੁਤ ਹੀ ਛੋਟਾ ਪੀਸ ਕੀਤਾ ਹੋਇਆ ਆ ਬਿਊਟੀਫੁਲ ਤੇ ਦੋਸਤੋ ਲੋਕੇਸ਼ਨ ਤੁਹਾਨੂੰ ਅਸੀਂ ਦੱਸ ਦਿੱਤੀ ਆ ਆਵੋ ਅਤੇ ਇਹਨਾਂ ਦਾ ਫੂਡ ਇੰਜੋਏ ਕਰੋ ਕਿਉਂਕਿ ਜਿੱਦਾਂ ਆਪਾਂ ਲੋਕਡਾਊਨ ਦੇ ਵਿੱਚ ਮੈਂ ਪਹਿਲਾਂ ਹੀ ਕਿਹਾ ਆ ਕਿ ਹਰ ਇੱਕ ਘਰ ਦੇ ਵਿੱਚ ਬੈਠ ਕੇ ਆਪਣਾ ਬੋਰਡ ਹੋਏ ਪਏ ਆ ਬਾਹਰ ਜਿਹੜਾ ਨਿਕਲਣਾ ਸਪੈਸ਼ਲੀ ਸੰਡੇ ਆਪਾਂ ਜੇ ਕਹਿ ਲਈਏ ਕਿ ਹਰ ਇੱਕ ਕੰਮ ਥੋੜ੍ਹੇ ਬਹੁਤ ਜਿਹੜਾ ਬੰਦਾ ਕਰਦਾ ਆ ਤਾਂ ਨਿਕਲੋ ਬਾਹਰ ਆ ਜਾਓ ਅਤੇ ਕਰੋ ਇੰਜੋਏ ਕਰੋ ਫੂਡ ਦੀ ਮਸਤੀ ਅਤੇ ਦੋਸਤੋ ਇਹ ਸੀ ਅੱਜ ਦੀ ਫੂਡ ਮਸਤੀ ਅਤੇ ਅਸੀਂ ਤਾਂ ਚੱਕ ਕੇ ਦੇਖ ਲਏ ਆ ਇਹਨਾਂ ਦੇ ਛੋਲੇ ਭਟੂਰੇ ਵੀ ਅਤੇ ਪਰੌਂਠੇ ਵੀ ਜਿਹੜੇ ਪਰੌਂਠੇ ਅਤੇ ਨਾਲ ਮਟਰ ਪਨੀਰ ਜਿਹੜਾ ਇਹਨਾਂ ਨੇ ਖਿਲਾਇਆ ਸਾਨੂੰ ਬਹੁਤ ਹੀ ਵਧੀਆ ਲੱਗਾ ਅਤੇ ਜੇਕਰ ਤੁਸੀਂ ਵੀ ਇਹਨਾਂ ਦੇ ਆਣ ਕੇ ਫੂਡ ਚੱਖਣਾ ਆ ਕਰਨੀ ਆ ਫੂਡ ਮਸਤੀ ਤਾਂ ਜ਼ਰੂਰ ਆਵੋ ਚਲਦੀ ਵੀਕ ਦੇ ਵਿੱਚ ਵੀ ਆਵੋ 7 ਦਿਨ ਹਾਜ਼ਰ ਹੈਗੇ ਆ ਇਹ ਜ਼ਰੂਰੀ ਨਹੀਂ ਕਿ ਸੰਡੇ ਨਿਕਲਣਾ ਆ ਕਿਉਂਕਿ ਅਸੀਂ ਤਾਂ ਸੰਡੇ ਫੂਡ ਮਸਤੀ ਵਾਸਤੇ ਨਿਕਲੀਦਾ ਆ ਅਤੇ ਆਵੋ ਤੁਸੀਂ ਵੀ ਅਤੇ ਕਰੋ ਇਹਨਾਂ ਦੇ ਫੂਡ ਦੇ ਟੇਸਟ ਅਤੇ ਤੋ ਦੋਸਤੋ ਹੁਣ ਮੈਂ ਤੁਹਾਡੇ ਤੋਂ ਲੈਂਦੀ ਹਾਂ ਇਜਾਜ਼ਤ ਮਿਲਦੇ ਹਾਂ ਨੈਕਸਟ ਐਪੀਸੋਡ ਦੇ ਵਿੱਚ ਤਦ ਤੱਕ ਖਾਂਦੇ ਰਹੋ ਫੂਡ ਇੰਜੋਏ ਕਰਦੇ ਰਹੋ ਮਸਤੀਆਂ ਕਰਦੇ ਰਹੋ ਅਤੇ ਮਿਲਦੇ ਹਾਂ ਨੈਕਸਟ ਹਫ਼ਤੇ ਸਤਿ ਸ਼੍ਰੀ ਅਕਾਲ